ਪਾਕਿਸਤਾਨੀ ਤਸਕਰ ਭਾਰਤ ਨੂੰ ਨਸ਼ੇ ਤੇ ਹਥਿਆਰਾਂ ਦੀ ਸਪਲਾਈ ਕਰਨ ਲਈ ਜ਼ਿਆਦਾਤਰ ਡਰੋਨਾਂ ਦੀ ਵਰਤੋਂ ਕਰ ਰਹੇ ਹਨ ਅਤੇ BSF ਦੇ ਜਵਾਨਾਂ ਨੇ ਹੁਣ ਤੱਕ ਕਈ ਪਾਕਿਸਤਾਨੀ ਡਰੋਨਾਂ ਨੂੰ ਮਾਰ ਗਿਰਾਇਆ ਹੈ ਅਤੇ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਸੀਮਾ ਸੁਰੱਖਿਆ ਬਲ ਅਤੇ ਪੁਲਿਸ ਵੱਲੋਂ ਗੁਰਦਾਸਪੁਰ ਵਿੱਚ ਫੜੇ ਗਏ ਪਾਕਿਸਤਾਨੀ ਡਰੋਨਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਵੱਡੇ ਤੋਂ ਛੋਟੇ ਡਰੋਨਾਂ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦਿੰਦਿਆਂ DSP ਮੇਜਰ ਡਾਕਟਰ ਸ਼ੀਤਲ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਭਾਰਤ ਨੂੰ ਨਸ਼ੇ ਅਤੇ ਹਥਿਆਰ ਭੇਜਣ ਲਈ ਕਈ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਵਾਲੇ ਡਰੋਨਾਂ ਦੀ ਵਰਤੋਂ ਕਰਦੇ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿੱਚ ਅਜਿਹੇ ਕਈ ਡਰੋਨ ਫੜੇ ਹਨ ਅਤੇ ਕਈ ਗੋਲੀਬਾਰੀ ਕਰਕੇ ਮਾਰ ਗਿਰਾਏ ਹਨ ਜਿਨ੍ਹਾਂ ਦੀ ਵਰਤੋਂ ਪਾਕਿਸਤਾਨ ਵੱਲੋਂ ਵੱਡੀ ਮਾਤਰਾ ਵਿੱਚ ਸਰਹੱਦ 'ਤੇ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜਣ ਲਈ ਕੀਤੀ ਜਾਂਦੀ ਹੈ। ਜੀ, ਮੈਂ ਮੇਜਰ ਡਾਕਟਰ ਸ਼ੀਤਲ ਸਿੰਘ, ਆਈ ਐਮ ਪ੍ਰੋਬੇਸ਼ਨਰ DSP ਪੋਸਟਡ ਐਟ ਅੰਮ੍ਰਿਤਸਰ ਰੂਰਲ। ਇਹ ਜੋ ਡਿਫਰੈਂਟ ਡਿਫਰੈਂਟ ਡਰੋਨਸ ਹੈ, ਇਹ ਡਿਫਰੈਂਟ ਡਿਫਰੈਂਟ ਮੁਕਦਮੋ ਮੇ ਹਮਨੇ ਰਿਕਵਰ ਕੀਏ ਹੈ। ਇਸਮੇ ਜੋ ਸਭਸੇ ਪਹਿਲਾ ਡਰੋਨ ਆਪ ਦੇਖ ਰਹੇ ਹੋ, ਉਹ DJI ਪ੍ਰੋ ਮੈਕਸ ਹੈ 600, ਉਸਕੇ ਬਾਅਦ DJI ਮੈਵਿਕ ਹੈ, ਇੱਕ ਸਕਾਈਡਰੋਇਡ ਕੰਪਨੀ ਕਾ ਇੱਕ ਅਲੱਗ ਡਰੋਨ ਹੈ, ਔਰ ਇੱਕ ਇਹ DJI ਮੈਟ੍ਰਿਕਸ ਕਾ ਹੈ। ਜੋ ਮੇਨ ਡਰੋਨ ਜੋ ਹਮੇ ਅਭੀ ਸਮਗਲਿੰਗ ਕੇ ਲਈ ਯੂਜ਼ ਹੋ ਰਹੀ ਹੈ, ਉਹ DJI ਕੰਪਨੀ ਮੇਡ ਇਨ ਚਾਈਨਾ ਕੇ ਥਰੂ ਹੀ ਹੋ ਰਹੀ ਹੈ। ਸਰ, ਜਬ ਜੋ ਤਸਕਰ ਹੋਤੇ ਹੈ ਜੋ ਹਥਿਆਰਾਂ ਕੀ ਸਮਗਲਿੰਗ ਕਰਤੇ, ਉਸਮੇ ਕੈਸਾ ਡਰੋਨ ਯੂਜ਼ ਕੀਆ ਜਾਤਾ ਹੈ? ਜੀ, ਸਭਸੇ ਜ਼ਿਆਦਾ ਜੋ ਡਰੋਨ ਅਭੀ ਯੂਜ਼ ਹੋ ਰਹਾ ਹੈ, ਉਹ DJI ਮੈਟ੍ਰਿਕਸ ਐਂਡ ਜੋ DJI ਮੈਵਿਕ 3 ਹੈ, ਉਹ ਯੂਜ਼ ਹੋ ਰਹਾ ਹੈ। ਹਥਿਆਰੋਂ ਕੇ ਲਈ ਕੌਨ ਸਾ ਡਰੋਨ ਜੋ ਇਸਤੇਮਾਲ ਕਰਤੇ ਹੈ? ਹਥਿਆਰੋਂ ਕੇ ਲਈ ਡਿਪੈਂਡ ਕਰਤਾ ਹੈ ਕਿ ਉਸਕੀ ਪੇਲੋਡ ਕਪੈਸਿਟੀ ਜੋ ਹੈ ਉਹ ਜ਼ਿਆਦਾ ਹੋਣੀ ਚਾਹੀਏ, ਤੋ ਵੋ DJI ਮੈਟ੍ਰਿਕਸ ਕੇ ਥਰੂ ਪਿਸਟਲਸ ਆ ਸਕਤੇ ਹੈਂ, ਗ੍ਰੇਨੇਡ ਆ ਸਕਤੇ ਹੈਂ, ਔਰ ਜੋ DJI ਪ੍ਰੋ ਮੈਕਸ ਹੈ ਉਸਕੇ ਥਰੂ ਰਾਈਫਲਸ ਵੀ ਆ ਸਕਤੀ ਹੈਂ। ਜੋ DJI ਮੈਟ੍ਰਿਕਸ ਬਤਾਇਆ ਆਪਨੇ, ਇਸਮੇ ਕਿਆ ਚੀਜ਼ ਹੈ, ਕਿਆ ਕੁਆਲਿਟੀ ਕਿਆ ਹੈ ਇਸਮੇ ਵੀ ਜੋ ਯਹੀ ਯੂਜ਼ ਕਰਤੇ ਹੈਂ ਤਸਕਰ? ਕੁਆਲਿਟੀ ਆਈ ਥਿੰਕ ਐਸਾ ਤੋ ਕੋਈ ਪਰਟੀਕੁਲਰ ਬਤਾਨਾ ਮੁਸ਼ਕਿਲ ਹੈ ਕਿ ਕਿਆ ਕਿਉਂ ਯੂਜ਼ ਕਰ ਰਹੇ ਹੈਂ। ਮੇ ਬੀ ਇਸਕੀ ਅਵੇਲੇਬਿਲਿਟੀ ਜ਼ਿਆਦਾ ਹੈ ਜਿਸਕੇ ਕਾਰਨ ਇਹ ਯੂਜ਼ ਕਰ ਰਹੇ ਹੈਂ। ਕਿੰਨੀ ਸਮਰੱਥਾ ਹੈ ਇਸਕਾ ਵਜਨ ਉਠਾਨੇ? ਜੋ DJI ਮੈਟ੍ਰਿਕਸ ਹੈ ਵੋ 5 ਕਿਲੋ ਤੱਕ ਕਾ ਵੇਟ ਉਠਾ ਸਕਤੀ ਹੈ। ਦੂਸਰਾ ਜੋ ਹੈ ਬੜਾ ਡਰੋਨ, ਜੋ ਬੜਾ ਡਰੋਨ DJI 600 ਹੈ, ਵੋ 15 ਕਿਲੋ ਤੱਕ ਦਾ ਵੇਟ ਉਠਾ ਸਕਤੀ ਹੈ। ਜੋ DJI ਮੈਵਿਕ ਜੋ 3 ਹੈ, ਵੋ ਵੇਟ ਉਠਾ ਲੇਤਾ ਹੈ 300-400 ਗ੍ਰਾਮ ਤੱਕ ਕਾ। ਸਰ, ਇਹ ਡਰੋਨ ਪਕੜੇ ਗਏ, ਇਨਕਾ ਕੰਟਰੋਲਰ ਵੀ ਫਿਰ ਪਕੜਾ ਹੈ ਜਾਂ ਸਰ ਅਕੇਲੇ ਡਰੋਨ ਹੀ ਪਕੜੇ ਗਏ ਜਾਂ ਇਹਨੂੰ ਕੰਟਰੋਲ ਕਰਨ ਲਈ ਕੋਈ ਰਿਮੋਟ ਵਗੈਰਾ ਯੂਜ਼ ਹੋਤੇ ਹੈ? ਨਹੀਂ, ਦੇਖੋ ਜੋ ਉਸਕੋ ਆਪਰੇਟਰ ਆਪਰੇਟ ਕਰ ਰਿਹਾ ਹੈ ਵੋ ਪਾਕਿਸਤਾਨ ਮੇਂ ਹੈ, ਤੋ ਉਸਕੋ ਪਕੜਨਾ ਬੜਾ ਮੁਸ਼ਕਿਲ ਹੈ, ਬਿਕੋਜ਼ ਕ੍ਰੋਸ ਬਾਰਡਰ तो क्रॉस बॉर्डर जो इशू है उसके कारण हमें उन्हें पकड़ना मुश्किल है। ये सभी चालू हालत में है? जी, ये सारे चालू हालत में ही है, कुछ जो है वो ब्रोकन है बट कुछ जो है वो चालू हालत में है। कितने सारे ड्रोन पकड़े गए हैं अभी इस साल? टोटल मतलब टोटल कुल मिला के जो है वो 60-70 ड्रोन रिकवर हो चुके हैं। सर, जो ऑपरेट करता है, पाकिस्तान में बैठ के कितनी लेंथ होती है, कितना होता है रेंज जो है? रेंज के बारे में बताना है, जो ये जो डिपेंड करता है कि ड्रोन की जो पावर कैपेसिटी है वो कितनी है। अगर वो बड़ा ड्रोन है, उसके प्रोपेलर ज़्यादा हैं, तो ऑब्वियसली उसकी रेंज जो है वो 6-7 किलोमीटर तक बन जाती है। अगर वही जो अगर हम ये DJI मैट्रिक्स देखते हैं, तो इसकी 2-3 किलोमीटर तक की जो है रेंज हो जाती है। इतनी उड़ सकता है? ये डिपेंड करता है वही पावर के ऊपर, जो DJI मैट्रिक्स है वो 1 किलोमीटर तक उड़ सकता है। इन ड्रोन ज़्यादातर नशा ही आया चुका है जहाँ हथियार भी ज़्यादा? जी, हमारे जो थाने में तो अभी तक जो है वो नशे के थ्रू ही मतलब नशा ही आया है।